ਮੇਘਰਾਜ ਜੀ, ਤੁਸੀਂ ਹੁਣੇ ਕਿਹਾ ਕਿ ਜਿਹੜੀ ਜੋਤਿਸ਼ ਹੈ ਉਹਦਾ ਜਿਹੜਾ ਆਧਾਰ ਆ ਉਹ ਵਿਗਿਆਨਿਕ ਨਹੀਂ, ਉਹ ਗੈਰ ਵਿਗਿਆਨਿਕ ਹੈ, ਇਹਦਾ ਆਧਾਰ ਆ ਜਿਹੜਾ ਉਹ ਗੈਰ ਵਿਗਿਆਨਿਕ ਕਿਵੇਂ ਆ? ਹਾਂਜੀ, ਗੱਲ ਇਹ ਸਾਨੂੰ ਸਮਝਣੀ ਚਾਹੀਦੀ ਹੈ ਵੀ ਜਿਹੜੇ ਜੋਤਿਸ਼ ਦੇ ਗ੍ਰੰਥ ਨੇ ਉਹ ਲਗਭਗ 5000 ਸਾਲ ਪੁਰਾਣੇ ਨੇ। ਠੀਕ, 5000 ਸਾਲ ਪਹਿਲਾਂ ਸਾਇੰਸ ਬਹੁਤ ਪਸੜੀ ਹੋਈ ਸੀ, ਕਿਸੇ ਕਿਸਮ ਦਾ ਥੋੜ੍ਹੀ ਬਹੁਤ ਸਾਇੰਸ ਅਸੀਂ ਕਹਿ ਸਕਦੇ ਹਾਂ ਵੀ ਉਸ ਸਮੇਂ ਹੈਗੀ ਸੀ, ਪਰ ਜੇ ਅਸੀਂ ਕਹੀਏ ਵੀ ਸਾਇੰਸ ਆ ਜਿਹੜੀ ਪੂਰਨ ਰੂਪ 'ਚ ਵਿਕਸਿਤ ਸੀ ਉਹ ਬਿਲਕੁਲ ਵੀ ਨਹੀਂ ਸੀ। ਜਿਵੇਂ ਜੋਤਿਸ਼ ਦੇ ਜਿੰਨੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਹ ਗੱਲ ਲਿਖੀ ਵੀ ਹੈ ਵੀ ਸੂਰਜ ਸਮੇਤ ਸਾਰੇ ਗ੍ਰਹਿ ਹੈ ਜਿਹੜੇ ਸਾਡੀ ਧਰਤੀ ਦੇ ਦੁਆਲੇ ਚੱਕਰ ਲਾਉਂਦੇ ਨੇ। ਠੀਕ ਦੀਵਾਨਾ ਜੀ, ਹੁਣ ਤੁਸੀਂ ਦੱਸੋ ਅੱਜ ਸੱਚਾਈ ਕੀ ਹੈ? ਕੋਪਰਨਿਕਸ ਜੀ ਦਾ ਜਨਮ ਹੈ ਜਿਹੜਾ 1473 ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਤੋਂ 4 ਵਰੇ ਬਾਅਦ ਹੋਇਆ ਸੀ। ਠੀਕ, ਕੋਪਰਨਿਕਸ ਪਹਿਲਾ ਵਿਅਕਤੀ ਸੀ ਜਿਹਨੇ ਇਹ ਡਿਕਲੇਅਰ ਕੀਤਾ ਸੀ ਕਿ ਸਾਡੀ ਧਰਤੀ ਅਤੇ ਬਾਕੀ ਗ੍ਰਹਿ ਜਿਹੜੇ ਸਾਰੇ ਸੂਰਜ ਦੁਆਲੇ ਚੱਕਰ ਲਾਉਂਦੇ ਨੇ। ਹੁਣ ਇਹ ਇਸ ਕਰਕੇ ਪਹਿਲਾ ਜਿਹੜਾ ਉਹਨਾਂ ਦਾ ਆਧਾਰ ਹੈ ਵੀ ਸਾਰੇ ਗ੍ਰਹਿ ਧਰਤੀ ਦੇ ਦੁਆਲੇ ਚੱਕਰ ਲਾਉਂਦੇ ਨੇ ਉਹ ਬਿਲਕੁਲ ਹੀ ਰੋਂਗ ਹੋ ਗਿਆ। ਦੂਸਰੀ ਗੱਲ ਜੇ ਆਪਾਂ ਦੇਖੀਏ, ਉਹਨਾਂ ਨੇ 7 ਗ੍ਰਹਿ ਲਏ ਹੋਏ ਨੇ, 7 ਗ੍ਰਹਿਆਂ ਵਿੱਚ ਸੂਰਜ ਨੂੰ 1 ਗ੍ਰਹਿ ਲਿਆ ਹੋਇਆ ਉਹਨਾਂ ਨੇ, ਅਤੇ 1 ਬੁੱਧ ਨੂੰ ਗ੍ਰਹਿ ਲਿਆ ਹੋਇਆ, 1 ਸ਼ੁੱਕਰ ਨੂੰ ਗ੍ਰਹਿ ਲਿਆ ਹੋਇਆ, ਅਤੇ 1 ਮੰਗਲ ਨੂੰ ਲਿਆ ਹੋਇਆ, 1 ਬ੍ਰਹਿਸਪਤੀ ਨੂੰ ਲਿਆ ਹੋਇਆ, 1 ਸ਼ਨੀ ਨੂੰ ਗ੍ਰਹਿ ਲਿਆ ਹੋਇਆ, ਅਤੇ ਚੰਦਰਮਾ 1 ਗ੍ਰਹਿ ਹੈ ਉਹਨਾਂ ਦੇ ਅਨੁਸਾਰ। ਇਹ 7 ਗ੍ਰਹਿ ਨੇ। ਹੁਣ ਇਹਨਾਂ 7 ਗ੍ਰਹਿਆਂ ਦੇ ਵਿੱਚੋਂ 1 5ਵੀਂ ਜੀ ਪੜ੍ਹਨ ਵਾਲਾ ਵਿਦਿਆਰਥੀ ਜਾਣਦਾ ਕਿ ਸੂਰਜ 1 ਗ੍ਰਹਿ ਨਹੀਂ ਸਗੋਂ 1 ਤਾਰਾ ਹੈ। ਐਵੇਂ ਜੇਕਰ 1 5ਵੀਂ ਦਾ ਵਿਦਿਆਰਥੀ ਇਹ ਗੱਲ ਜਾਣਦਾ ਵੀ ਜਿਹੜਾ ਸਾਡਾ ਚੰਦਰਮਾ ਉਹ ਗ੍ਰਹਿ ਨਹੀਂ ਉਹ ਉਪਗ੍ਰਹਿ ਹੈ ਕਿਉਂਕਿ ਧਰਤੀ ਦੇ ਦੁਆਲੇ ਚੱਕਰ ਲਾਉਂਦਾ। ਇਸ ਕਰਕੇ ਇਹ ਗ੍ਰੰਥਾਂ ਜਿਹੜੇ ਜੋਤਿਸ਼ ਦੇ ਗ੍ਰੰਥ ਨੇ ਉਹਨਾਂ ਦਾ ਇਹ ਬੇਸ ਕਮਜ਼ੋਰ ਹੋ ਜਾਂਦਾ। ਜੇ ਗਾਹਾਂ ਚੱਲੀਏ, ਜੋਤਿਸ਼ ਵਿੱਚ ਜਿਹੜਾ ਯੂਰੇਨਸ ਹੈ ਇਹਦੀ ਖੋਜ ਹੈ ਜਿਹੜੀ 1781 ਵਿੱਚ ਹੋਈ। ਠੀਕ, ਯੂਰੇਨਸ ਦੀ ਖੋਜ ਹੈ ਜਿਹੜੀ 1781 ਦੇ ਵਿੱਚ ਹੋਈ, ਅਤੇ ਜਦੋਂ ਇਹਦੀ ਖੋਜ ਹੋਈ ਤਾਂ ਜੋਤਿਸ਼ੀਆਂ ਦੀ ਪੁਜੀਸ਼ਨ ਬੜੀ ਹਾਸੋ ਹੀ ਨਹੀਂ ਹੋ ਗਈ ਕਿਉਂਕਿ ਇਹ ਗ੍ਰਹਿ ਸੱਤਵਾਂ ਕਿੱਥੋਂ ਆ ਗਿਆ? ਐਵੇਂ ਕਹਿੰਦੇ ਨੈਪਚੂਨ ਹੈ ਜਿਹੜਾ, ਇਹਦੀ ਖੋਜ ਹੈ ਜਿਹੜੀ 1846 ਵਿੱਚ ਹੋਈ, ਅਤੇ ਉਸ ਸਮੇਂ ਫਿਰ ਮੁੜ ਉਹਨਾਂ ਨੂੰ ਗ੍ਰੰਥਾਂ ਦੀਆਂ ਆਪਣੀਆਂ ਕਿਤਾਬਾਂ ਬਦਲਣੀਆਂ ਪਈਆਂ ਜੋਤਿਸ਼ੀਆਂ ਦੀ। ਐਵੇਂ ਇੱਕ ਜਿਹੜਾ ਪਲੂਟੋ ਹੈ 1930 ਵਿੱਚ ਖੋਜਿਆ ਗਿਆ। ਹੁਣ ਤੁਸੀਂ ਦੇਖਿਆ ਹੋਊ ਇਹ 9 ਦੇ 9 ਗ੍ਰਹਿ ਜਿਹੜੇ ਮੈਂ ਗਿਣੇ ਨੇ ਇਹਨਾਂ 'ਚ ਰਾਹੂ ਅਤੇ ਕੇਤੂ ਦਾ ਨਾਮ ਮੈਂ ਕਿਤੇ ਨਹੀਂ ਲਿਆ ਕਿਉਂਕਿ ਰਾਹੂ ਅਤੇ ਕੇਤੂ ਉਹਨਾਂ ਦੇ ਅਨੁਸਾਰ ਕਿਤੇ ਯਾਨੀ ਕਿ ਇਹ ਗ੍ਰਹਿ ਅਫੈਕਟ ਕਰਦੇ ਨੇ ਬੰਦੇ ਦੀ ਕਿਸਮਤ ਨੂੰ, ਪਰ ਇਹਨਾਂ ਦੀ ਕੋਈ ਹੋਂਦ ਹੀ ਨਹੀਂ। ਇਸ ਕਰਕੇ ਹੁਣ ਜੇ ਦੇਖੀਏ, ਹੁਣ ਸੂਰਜ ਹੈ ਸਾਡਾ, ਸੂਰਜ ਹੈ ਜਿਹੜਾ ਉਹ 7 ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਠੀਕ ਹੈ, ਇਹ ਜੇ ਪ੍ਰਕਾਸ਼ ਦੀ ਰਫ਼ਤਾਰ ਹੈ ਜਿਹੜੀ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੁੰਦੀ ਹੈ, ਇਹਦਾ ਮਤਲਬ ਸਿੱਧਾ ਜਿਹਾ ਮਤਲਬ ਹੈ ਵੀ ਇਹ 500 ਸਕਿੰਟਾਂ ਵਿੱਚ ਪ੍ਰਕਾਸ਼ ਜਿਹੜਾ ਇੱਥੇ ਪਹੁੰਚਦਾ। ਜੇ ਸੂਰਜ ਅੱਜ ਆਪਣੇ ਥਾਂ ਤੋਂ ਟੁੱਟ ਵੀ ਜਾਵੇ ਤਾਂ ਧਰਤੀ ਦੇ ਲੋਕਾਂ ਨੂੰ 8 ਮਿੰਟ 20 ਸਕਿੰਟ ਬਾਅਦ ਪਤਾ ਲੱਗੂਗਾ ਕਿ ਸੂਰਜ ਆਪਣੀ ਥਾਂ ਦੇ ਉੱਪਰ ਹੈ ਨਹੀਂ। ਪਰ ਬੱਚਿਆਂ ਦੀਆਂ ਜਦੋਂ ਜਨਮ ਪੱਤਰੀਆਂ ਬਣਾਉਂਦੇ ਨੇ ਉਹ, ਤਾਂ ਉਦੋਂ ਕਹਿੰਦੇ ਵੀ ਸਮੇਂ ਦਾ ਜੇ 1 ਸਕਿੰਟ ਦਾ ਵੀ ਫਰਕ ਪੈ ਜੇ ਤਾਂ ਸਾਡੀ ਜਿਹੜੀ ਜਨਮ ਪੱਤਰੀ ਹੈ ਗਲਤ ਹੋ ਜਾਂਦੀ ਹੈ, ਅਤੇ ਪਰ ਇੱਥੇ ਤਾਂ 8 ਮਿੰਟ 20 ਸਕਿੰਟ ਦਾ ਉਵੇਂ ਫਰਕ ਹੈ। ਐਵੇਂ ਜੇਕਰ ਪਲੂਟੋ ਹੈ ਜਿਹੜਾ ਉਹ ਤੋਂ ਘੰਟੇ ਲੱਗ ਜਾਂਦੇ ਨੇ, ਯੂਰੇਨਸ ਤੋਂ ਘੰਟੇ ਲੱਗ ਜਾਂਦੇ ਨੇ ਇੱਥੇ ਪਹੁੰਚਦੀ ਨੂੰ ਲਾਈਟ ਨੂੰ। ਇਸ ਕਰਕੇ ਇਹਨਾਂ ਦੀਆਂ ਪੁਜੀਸ਼ਨਾਂ ਜਿਹੜੀਆਂ ਗਲਤ ਨੇ, ਅਤੇ ਟੋਟਲੀ ਇਹ ਰੋਂਗ ਹੈ ਜੋਤਿਸ਼ ਹੈ ਜਿਹੜਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਜੋਤਿਸ਼ ਹੈ ਬਿਲਕੁਲ ਗੈਰ ਵਿਗਿਆਨਿਕ ਹੈ? ਮੇਘਰਾਜ ਜੀ, ਇਹ ਤਾਂ ਬਿਲਕੁਲ ਵਿਗਿਆਨਿਕ ਸੱਚਾਈ ਹੈ ਕਿ ਜਿਹੜਾ ਚੰਦਰਮਾ ਉਹ ਸਾਡੇ ਧਰਤੀ ਦੇ ਸਮੁੰਦਰਾਂ ਦੇ ਜਵਾਰ ਅਤੇ ਭਾਟਾ ਲੈ ਕੇ ਆਉਂਦਾ, ਫਿਰ ਕੀ ਜਿਹੜੇ ਸਾਡੇ ਗ੍ਰਹਿ ਆ ਇਹ ਸਾਡੇ ਦਿਮਾਗ 'ਤੇ ਕਿਉਂ ਨਹੀਂ ਪ੍ਰਭਾਵ ਪਾਉਂਦੇ? ਜਵਾਨਾ ਜੀ, ਇਹ ਗੱਲ ਬਿਲਕੁਲ ਠੀਕ ਹੈ ਵੀ ਸਾਡੇ ਜਿਹੜਾ ਚੰਦਰਮਾ ਜਾਂ ਹੋਰ ਗ੍ਰਹਿ ਹੈ ਇਹਨਾਂ ਵਿੱਚ ਖਿੱਚ ਸਕਦੀ ਹੁੰਦੀ ਹੈ, ਅਤੇ ਗੁਰੂਤਾਕਰਸ਼ਣ ਦਾ ਨਿਯਮ ਹੈ। ਨਿਊਟਨ ਇੱਕ ਵਿਗਿਆਨਿਕ ਹੋਏ ਨੇ, ਉਹਨਾਂ ਨੇ ਇਹਨੂੰ ਡਿਕਲੇਅਰ ਕੀਤਾ ਸੀ ਕਿ ਹਰੇਕ ਵਸਤੂ ਦੂਸਰੀ ਵਸਤੂ ਨੂੰ ਆਪਣੇ ਵੱਲ ਇੱਕ ਬਲ ਨਾਲ ਖਿੱਚਦੀ ਹੈ, ਉਹ ਬਲ ਉਹਨਾਂ ਦੋਨਾਂ ਚੀਜ਼ਾਂ ਦੇ ਭਾਰ ਦੇ ਉੱਪਰ ਨਿਰਭਰ ਕਰਦਾ, ਅਤੇ ਉਹਨਾਂ ਵਿੱਚ ਜਿਹੜੀ ਦੂਰੀ ਦੇ ਵਰਗ ਦੇ ਉਹ ਉਲਟਾ ਅਨੁਪਾਤ ਹੁੰਦਾ, ਜਿਵੇਂ ਦੂਰੀ ਵੱਧ ਜਾਂਦੀ ਹੈ ਤਾਂ ਉਹ ਖਿੱਚ ਸਕਤੀ ਜਿਹੜੀ ਘੱਟਦੀ ਜਾਂਦੀ ਹੈ। ਜਿਹੜਾ ਚੰਦਰਮਾ ਉਹ ਧਰਤੀ ਦੇ ਸਮੁੰਦਰਾਂ ਵਿੱਚ ਜਵਾਰ ਅਤੇ ਭਾਟੇ ਵੀ ਲੈ ਕੇ ਆਉਂਦਾ, ਇਸ ਗੱਲ 'ਚ ਵੀ ਕੋਈ ਰੌਲਾ ਨਹੀਂ। ਸਾਡੇ ਦਿਮਾਗਾਂ ਦੇ ਵਿੱਚ ਵੀ ਫਲਿਊਡ ਹੁੰਦਾ, ਤਰਲ ਪਦਾਰਥ ਭਰਿਆ ਹੁੰਦਾ, ਇਹਦਾ ਮਤਲਬ ਇਹ ਸਿੱਧਾ ਹੀ ਹੈ ਵੀ ਸਾਡੇ ਉੱਪਰ ਵੀ ਇਹਦਾ ਅਸਰ ਹੁੰਦਾ ਹੋਊਗਾ। ਪਰ ਮੇਰਾ ਸਵਾਲ ਹੋਰ ਹੈ ਕਿ ਦੋ ਵਿਅਕਤੀਆਂ ਦੇ ਉੱਪਰ ਇਹ ਅਸਰ ਕਿਵੇਂ ਘੱਟ ਵੱਧ ਜਾਂਦਾ, ਜਾਂ ਕੁੱਤੇ ਨੂੰ ਰੋਟੀ ਪਾਉਣ ਨਾਲ
ਇਹ ਅਸਰ ਹੈ ਜਿਹੜਾ 20 ਦਿਨ ਕਿਸੇ ਨੇ ਜਾਂ 21 ਦਿਨ ਕੁੱਤੇ ਨੂੰ ਰੋਟੀ ਪਾਤੀ ਤਾਂ ਇਹ ਅਸਰ ਕਿਵੇਂ ਖਤਮ ਹੋ ਗਿਆ, ਜਾਂ ਆਪਦੀ ਜੇਬ ਵਿੱਚੋਂ ਪੈਸੇ ਕੱਢ ਕੇ ਕਿਸੇ ਜੋਸ਼ੀ ਜੇਬ 'ਚ ਪਾਉਣ ਨਾਲ ਹਾਂਜੀ ਇਹ ਅਸਰ ਕਿਵੇਂ ਘੱਟ ਵੱਧ ਗਿਆ। ਇਸ ਕਰਕੇ ਜਾਣੀ ਕਿ ਹੋਰ ਬਹੁਤ ਸਾਰੀਆਂ ਗੱਲਾਂ ਨੇ, ਗਊਆਂ ਨੂੰ ਚਾਰਾ ਪਾਉਣ ਨੂੰ ਕਹਿ ਦਿੰਦੇ ਨੇ, ਇਸ ਕਿਸਮ ਦੀਆਂ ਗੱਲਾਂ ਨੇ, ਅਤੇ ਪੈਸੇ ਆ ਜਿਹੜੇ ਜੋਸ਼ੀ ਇਹਨਾਂ ਦੇ ਬਹਾਨੇ ਲੁੱਟਦੇ ਰਹਿੰਦੇ ਨੇ। ਹੁਣ ਅੱਗੇ ਦੇਖ ਲਈਏ, ਇੱਕ ਪਾਸੇ ਤਾਂ ਉਹ ਕਹਿੰਦੇ ਨੇ ਵੀ ਰਾਹੂ ਅਤੇ ਕੇਤੂ ਕੋਈ ਗ੍ਰਹਿ ਹੀ ਨਹੀਂ, ਦੂਸਰੇ ਪਾਸੇ ਕਹਿੰਦੇ ਨੇ ਵੀ ਇਹਨਾਂ ਦਾ ਪ੍ਰਭਾਵ ਹੈ। ਹਾਂਜੀ ਹਾਂਜੀ, ਇਸ ਕਰਕੇ ਇਹ ਬਿਲਕੁਲ ਹੀ ਰੋਂਗ ਹੈ।